ਸੰਗਰੂਰ ਜ਼ਿਲ੍ਹੇ ਦੇ ਵਿੱਚ ਮਤਲਬ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਇਹ ਦੇਖ ਰਹੇ ਹੋ? ਦੇਖੋ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਇੱਕ ਇਸ ਗੱਲ ਦਾ ਸਾਰੇ ਸਿਟੀਜ਼ ਨੂੰ ਨਾਗਰਿਕਾਂ ਨੂੰ ਸੁਰੱਖਿਆ ਦੇਣਾ ਅਤੇ ਸੁਰੱਖਿਅਤ ਰੱਖਣ ਦਾ ਪ੍ਰੋਗਰਾਮ ਚੱਲਦਾ। ਉਸ ਕੜੀ ਦੇ ਵਿੱਚ ਅਸੀਂ ਇਹ ਜਿਹੜੇ ਸੰਗਰੂਰ ਦੇ ਐਮ ਪੀ ਹੈ ਭਗਵੰਤ ਮਾਨ ਉਹਨਾਂ ਨਾਲ ਵੀ ਗੱਲ ਕੀਤੀ ਕਿਉਂਕਿ ਇਹ ਇਸ ਏਰੀਏ ਦੇ ਐਮ ਪੀ ਹੈ ਵੀ ਇਹ ਜਿਹੜੇ ਆਪਣੇ ਸੰਗਰੂਰ ਏਰੀਏ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ, ਸੀ ਸੀ ਟੀ ਵੀ ਉਹਦੀ ਬੈਸਟ ਆਪਸ਼ਨ ਹੈ। ਅਤੇ ਜਦੋਂ ਇਹਨਾਂ ਨੂੰ ਅਸੀਂ ਇਹ ਦੱਸਿਆ ਵੀ ਇਸ ਢੰਗ ਦੇ ਅਸੀਂ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ, ਅਤੇ ਇਹਨਾਂ ਨੇ ਭਗਵੰਤ ਸਿੰਘ ਮਾਨ ਹੋਣਾ ਨੇ ਐਮ ਪੀ ਲੈਡ ਦੇ ਵਿੱਚੋਂ 13 ਲੱਖ ਰੁਪਇਆ ਸੁਨਾਮ ਅਤੇ 11 ਲੱਖ ਰੁਪਇਆ ਧੂਰੀ ਲਈ ਦਿੱਤਾ, ਟੋਟਲ 24 ਲੱਖ ਦਿੱਤਾ। ਇਹ ਅਸੀਂ ਵਾਇਰਲੈਸ ਨਾਲ ਕੈਮਰੇ ਜਿਹੜੇ ਲਾਏ ਹੈ, ਇੱਥੋਂ ਜਿਹੜੇ ਸਾਰੇ ਕੈਮਰਿਆਂ ਦਾ ਕੋਈ ਤਾਰਨ ਕੋਈ ਸ਼ਰਾਰਤੀ ਉਹ ਕੱਟ ਨਾ ਦੇਵੇ। ਇੱਥੇ ਕਰੀਬ 17 ਲੋਕੇਸ਼ਨਾਂ 'ਤੇ 50 ਕੈਮਰੇ ਹੈ ਜਿਹਨੂੰ ਅਸੀਂ ਕਵਰ ਕਰਨ ਦਾ ਉਹ ਹੋਇਆ। ਪਰ ਇਹਦੇ ਵਿੱਚ ਵਿੱਚ ਨਾਲ ਨਾਲ ਇਹਦੀ ਆਫਟਰ ਕੇਅਰ ਦਾ ਅਸੀਂ 2 ਸਾਲ ਦਾ ਕੰਟਰੈਕਟ ਕੀਤਾ ਏ ਐਮ ਸੀ ਜਿਹੜਾ ਕਿ ਇਹਨੂੰ ਕੰਟਰੋਲ ਕਰੂਗਾ। ਇਹਦਾ ਫਾਇਦਾ ਇਹ ਇਸ ਗੱਲ ਦਾ, ਹਜੇ ਜਦੋਂ ਟ੍ਰਾਇਲ ਪੀਰੀਅਡ ਚੱਲ ਰਿਹਾ ਸੀ, 2-3 ਕ੍ਰਾਈਮ ਇਹਦੇ ਸੁਨਾਮ ਦੇ ਵਿੱਚ ਇਹਨਾਂ ਨੇ ਇਸ ਕਰ ਰਹੇ ਟਰੇਸ ਕਰ ਲਏ ਹੈ, ਜਿਹੜੇ ਕਿ ਉਹਦੀ ਸਾਡਾ ਪਰਪਸ ਇਹ ਆ ਵੀ ਫੇਸ ਰੈਕੋਗਨਾਈਜ਼ ਹੋਵੇ ਅਤੇ ਗੱਡੀ ਦਾ ਨੰਬਰ ਹੋਵੇ। ਇਹਦੇ 'ਚ ਮੇਰੀ ਸਾਰਿਆਂ ਨੂੰ ਇਹ ਸੁਜੈਸ਼ਨ ਹੈ, ਜਿਵੇਂ ਕਿ ਅਸੀਂ ਮੈਂ ਤਾਂ ਜਿਹੜੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕੋਈ ਇੰਡਸਟਰੀਲਿਸਟ ਜਾਂ ਕੋਈ ਇੰਡੀਵਿਜੁਅਲ ਜਿਹੜਾ ਅਫੋਰਡ ਕਰਦਾ, ਅਸੀਂ ਹਮੇਸ਼ਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਕੈਮਰੇ ਲਾਓ। ਸੀ ਸੀ ਟੀ ਵੀ ਉਹ ਸੰਤਰੀ ਹੈ ਜਿਹੜਾ ਨਾ ਬਾਰਿਸ਼ ਵਿੱਚ ਅੰਦਰ ਹੁੰਦਾ, ਨਾ ਧੁੱਪੇ ਅੰਦਰ ਜਾਂਦਾ, ਨਾ ਉਹ ਸੌਂਦਾ, 24 ਘੰਟੇ ਕਵਰੇਜ ਹੁੰਦੀ ਹੈ। ਸਾਡਾ ਪਰਪਸ ਸੰਗਰੂਰ ਨੂੰ ਇੱਕ ਕ੍ਰਾਈਮ ਫਰੀ ਏਰੀਆ ਬਣਾਉਣਾ, ਇਸ ਕਰਕੇ ਅਸੀਂ ਇਸੇ ਲੜੀ ਦੇ ਵਿੱਚ ਅੱਜ ਸੁਨਾਮ ਅਤੇ ਉਹਨੂੰ ਧੂਰੀ ਦੇ ਵਿੱਚ ਅਸੀਂ ਇਹਨੂੰ ਚਾਲੂ ਕਰਤਾ ਪ੍ਰੋਜੈਕਟ। ਅਤੇ ਮੈਂ ਉਮੀਦ ਕਰਦਾ ਵੀ ਇਸ ਸਾਰੇ ਸੀ ਸੀ ਟੀ ਵੀ ਕੈਮਰਿਆਂ ਦੇ ਨਾਲ, ਇੱਕ ਹਾਈ ਕੁਆਲਿਟੀ ਦੇ ਹਾਈ ਰੈਜੋਲੇਸ਼ਨ ਵਾਲੇ ਕੈਮਰਿਆਂ ਦੇ ਨਾਲ ਕ੍ਰਾਈਮ 'ਤੇ ਪ੍ਰੋਪਰ ਕੰਟਰੋਲ ਹੋਊਗਾ। ਜੇ ਕੋਈ ਕ੍ਰਾਈਮ ਹੋਊਗਾ ਤਾਂ ਅਸੀਂ ਉਹਨੂੰ ਡਿਟੈਕਟ ਕਰਨ 'ਚ ਕਾਮਯਾਬ ਹੋਵਾਂਗੇ। ਠੀਕ ਹੈ। ਦੇਖੋ ਐਸ ਐਸ ਪੀ ਸਾਹਿਬ ਨੇ ਜਦੋਂ ਮੇਰੇ ਨਾਲ ਗੱਲ ਕੀਤੀ, ਮੈਂ ਵੀ ਖੁਦ ਇਸ ਗੱਲ ਲਈ ਬੜਾ ਉਤਸੁਕ ਸੀਗਾ ਕਿ ਐਮ ਪੀ ਲੈਟ ਦੇ ਵਿੱਚੋਂ ਕੁਛ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਸੇਫਟੀ ਮਿਲੇ। ਅੱਜ ਦੀ ਡੇਟ ਦੇ ਵਿੱਚ ਜਿਹੜੇ ਕ੍ਰਾਈਮ ਨੇ, ਉਹ ਜਿਹੜੇ ਕ੍ਰਿਮੀਨਲਸ ਨੇ, ਉਹ ਬਹੁਤ ਹੀ ਜ਼ਿਆਦਾ ਨਵੇਂ ਤਰੀਕਿਆਂ ਦੇ ਕ੍ਰਾਈਮ ਕਰ ਰਹੇ ਨੇ, ਤਾਂ ਫਿਰ ਉਹਨਾਂ ਨੂੰ ਰੋਕਣ ਲਈ, ਉਹਨਾਂ ਨੂੰ ਕਾਊਂਟਰ ਕਰਨ ਲਈ ਪੁਲਿਸ ਕੋਲ ਵੀ ਨਵੇਂ ਜਿਹੜੇ ਇਕਿਊਪਮੈਂਟ ਚਾਹੀਦੇ ਨੇ। ਤੋ ਉਸ ਉਪਕਰਨ ਦੇ ਵਿੱਚ ਬਹੁਤ ਹੀ ਲੇਟੈਸਟ 5 ਮੈਗਾਪਿਕਸਲ ਅਤੇ 12 mm ਦੇ ਜਿਹੜੇ ਲੈਂਸ ਨੇ, ਉਹਨਾਂ ਨਾਲ ਲੈਸ ਕੀਤਾ ਗਿਆ ਸੁਨਾਮ ਨੂੰ। ਲਗਭਗ 50 ਦੇ ਕਰੀਬ ਹਰ ਐਗਜ਼ਿਟ ਪੁਆਇੰਟ 'ਤੇ ਜਿਹੜੇ ਨੇ ਤੁਹਾਡੇ ਸਾਹਮਣੇ ਅੱਜ ਦਿਖਾਏ ਗਏ ਨੇ, ਔਰ ਇੰਨੀ ਕਲੈਰਿਟੀ ਹੈ ਕਿ ਤੁਸੀਂ ਮਤਲਬ ਸਕੂਟਰ ਦਾ ਜਾਂ ਛੋਟੇ ਤੋਂ ਛੋਟਾ ਕੋਈ ਲਿਖੀ ਹੋਈ ਚੀਜ਼ ਵੀ ਤੁਸੀਂ ਜ਼ੂਮ ਕਰਕੇ ਪੜ੍ਹ ਸਕਦੇ ਹੋ। ਅਤੇ ਮੈਨੂੰ ਖੁਸ਼ੀ ਹੈ ਕਿ ਸੁਨਾਮ ਸ਼ਹਿਰ ਜਿਹੜਾ ਮੇਰਾ ਜਨਮ ਭੂਮੀ ਹੈ, ਔਰ ਮੈਨੂੰ ਮੈਂ ਇੱਥੋਂ ਪੜ੍ਹਿਆ ਹੋਇਆ, ਅਤੇ ਮੈਂ ਅਸੀਂ ਕਿਹਾ ਜੀ ਇਹ ਕਹਿੰਦੇ ਐਸ ਐਸ ਪੀ ਸਾਹਿਬ ਕਹਿੰਦੇ ਕਿੱਥੋਂ ਸ਼ੁਰੂ ਕਰਨਾ, ਮੈਂ ਕਿਹਾ ਵੀ ਸੁਨਾਮ ਤੋਂ ਸ਼ੁਰੂ ਕਰ ਲੈਂਦੇ ਹਾਂ। ਸੁਨਾਮ ਅਤੇ ਧੂਰੀ ਅਸੀਂ ਪਹਿਲਾਂ ਬਤੌਰ ਪ੍ਰੋਜੈਕਟ ਨੂੰ ਸੈਂਪਲ ਦੇ ਤੌਰ 'ਤੇ ਲਿਆ, ਅਤੇ ਧੂਰੀ ਵੀ ਚਾਲੂ ਹੋ ਗਏ ਨੇ। ਅਤੇ ਇਸ ਤੋਂ ਬਾਅਦ ਮੇਰਾ ਅਗਲਾ ਇਰਾਦਾ ਹੈ ਕਿ ਐਮ ਪੀ ਲੈਟ ਦੇ ਵਿੱਚੋਂ ਅਸੀਂ ਭਵਾਨੀਗੜ੍ਹ, ਖਨੌਰੀ ਅਤੇ ਸ਼ੇਰਪੁਰ, ਇਹਨਾਂ 3 ਸ਼ਹਿਰਾਂ ਨੂੰ ਅਸੀਂ ਕਵਰ ਕਰਾਂਗੇ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਸ਼ਹਿਰ ਨੇ, ਹੋਰ ਕੰਮਾਂ ਨਾਲ ਤੁਸੀਂ ਸੀ ਸੀ ਟੀ ਕੈਮਰੇ ਕਿਉਂ ਚੁਣੇ ਪਏ? ਜਿਸ ਤਰ੍ਹਾਂ ਐਸ ਐਸ ਪੀ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਸੀ ਸੀ ਟੀ ਵੀ ਕੈਮਰਾ ਹੈ ਉਹ 24 ਘੰਟਿਆਂ ਦਾ ਸੰਤਰੀ ਹੈ। ਅੱਜ ਦੀ ਡੇਟ ਦੇ ਵਿੱਚ ਜੋ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਲੁੱਟ ਖੋਹ ਦੀਆਂ ਘਟਨਾਵਾਂ, ਚੈਨੀਆਂ ਖਿੱਚ ਲੀਆਂ, ਕਿਤੇ ਕੁੜੀਆਂ ਛੇੜਨ ਦੀਆਂ ਘਟਨਾਵਾਂ, ਕਿਤੇ ਕੋਈ ਕਿਸੇ ਤੋਂ ਕਿਸੇ ਨੂੰ ਕੁੱਟ ਕੇ ਭੱਜ ਗਏ, ਕੋਈ ਮਾਰ ਕੇ ਭੱਜ ਗਏ, ਪਤਾ ਲੱਗਦਾ ਬਾਅਦ 'ਚ ਟਰੇਸ ਨਹੀਂ ਹੋ ਰਹੇ, ਗਲਤ ਬੰਦੇ ਫੜੇ ਗਏ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲੱਗਦੇ ਨੇ। ਸੋ ਸੀ ਸੀ ਟੀ ਵੀ ਕੈਮਰਾ ਇੱਕ ਇਹੋ ਜਿਹਾ ਚੌਕੀਦਾਰ ਹੈ ਜਿਹੜਾ ਬਿਲਕੁਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਾ। ਅਤੇ ਮੈਨੂੰ ਲੱਗਦਾ ਕਿ ਲੇਟੈਸਟ ਟੈਕਨੀਕਾਂ ਨੂੰ ਜੇ ਆਪਾਂ ਉਤਸ਼ਾਹਿਤ ਕਰੀਏ, ਤਾਂ ਕਰਕੇ ਮੈਂ ਇਹ ਚੀਜ਼ ਜਿਹੜੀ ਹੈ ਚੁਣੀ ਹੈ ਐਮ ਪੀ ਲੈਟ ਦੇ ਵਿੱਚੋਂ। ਜੇ ਜਿੰਨੇ ਪੈਸੇ ਵੀ ਆਉਂਦੇ ਨੇ, ਹੁਣ ਨੈਕਸਟ ਵੀ ਜੇ ਬਰਨਾਲਾ ਸ਼ਹਿਰ ਵੀ, ਕਿਉਂਕਿ ਬਰਨਾਲਾ ਜ਼ਿਲ੍ਹਾ ਅਲੱਗ ਜ਼ਿਲ੍ਹਾ, ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਕਿ ਅਸੀਂ ਵੀ ਇੱਦਾਂ ਕਰਨਾ, ਬਰਨਾਲੇ ਜ਼ਿਲ੍ਹੇ ਦੇ ਵੀ ਸ਼ਹਿਰ ਕਵਰ ਕਰਨਾ।